ਪਹਿਲਾਂ ਤਾਂ ਸਾਡੇ ਫਾਦਰ ਸਾਹਿਬ ਦਾ ਜਨਮ ਦਿਨ ਸੀ, ਉਹਦੇ ਲਈ ਅਸੀਂ ਸਾਰਿਆਂ ਨੇ ਇਕੱਠੇ ਹੋ ਕੇ ਮਨਾਇਆ ਵਾ, ਅਤੇ ਉਦੋਂ ਬਾਅਦ ਸਾਰਿਆਂ ਨੂੰ ਹਲਕੇ ਦੇ ਲੋਕ ਆਏ ਨੇ, ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ। ਬਾਕੀ ਜਿੰਨੇ ਸਾਨੂੰ ਪਾਰਟੀ ਇਗਨੋਰ ਕਰ ਰਹੀ ਆ, 25 ਸਾਲ ਫਾਦਰ ਸਾਹਿਬ ਨੇ ਕੀਤੀ ਆ ਸੇਵਾ, ਅਤੇ ਪਾਰਟੀ ਇਗਨੋਰ ਕਰ ਰਹੀ ਆ ਸਾਨੂੰ, ਉਹਦਾ ਹੁਣ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਦਾ ਰੋਸਾ ਵੀ ਕਰਦੇ ਹਾਂ। ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਦੱਸਾਂਗੇ ਅੱਗੇ ਕੀ ਕਰਨਾ। ਆਉਣ ਵਾਲਾ ਸਮਾਂ ਕਿਹੜਾ, ਇਲੈਕਸ਼ਨ ਦਾ ਸ਼ੁਰੂ ਪਰਸੋਂ ਹੋ ਜਾਣਾ, ਅੱਜ ਇਕੱਠ ਹੋ ਗਿਆ ਲੋਕ ਸਾਰੇ, ਤੁਹਾਡੇ ਸਮਰਥਕ ਆ ਗਏ, ਹੁਣ ਫਿਰ ਦੱਸਣ ਦਾ ਕਦੋਂ ਟਾਈਮ ਹੈ? ਦੱਸਾਂਗੇ ਜੇ ਕੋਈ ਪਾਰਟੀ ਕੋਈ ਅੱਗੋਂ ਕੁੱਕ ਕਰੂਗੀ, ਜੇ ਨਹੀਂ ਕਰੂਗੀ ਫਿਰ ਅਸੀਂ ਆਪਦਾ ਡਿਸੀਜਨ ਲਵਾਂਗੇ ਅਸੀਂ ਕੀ ਕਰਨਾ। ਤੁਹਾਡੇ ਨਾਲ ਕੰਟੈਕਟ ਕੀਤਾ ਵੀ ਸਾਡੇ ਕੰਨੀ ਆਓ? ਦੂਜੀ ਹਲੇ ਕਿਸੇ ਪਾਰਟੀ ਜੇ ਕਿਸੇ ਦਾ ਫੋਨ ਆਏ ਨੇ, ਪਰ ਅਸੀਂ ਹਲੇ ਸਭ ਨੂੰ ਜਵਾਬ ਦਿੱਤਾ, ਹਲੇ ਕਾਂਗਰਸ ਪਾਰਟੀ ਨਾਲ ਆ। ਜੇ ਸਾਡੇ ਨਾਲ ਨਹੀਂ ਸਹੀ ਚੱਲੂ ਪਾਰਟੀ, ਫਿਰ ਅਸੀਂ ਕੱਲ੍ਹ ਨੂੰ ਕੋਈ ਵੀ ਕਰ ਸਕਦੇ ਹਾਂ ਆਪਦਾ ਸਹੀ ਤੁਭਾਵ ਬਾ ਆਪਣਾ ਕੋਈ ਵੀ ਅਗਲਾ ਡਿਸੀਜਨ ਦੱਸ ਦਾਂਗੇ ਤੁਹਾਨੂੰ 2-4 ਦਿਨਾਂ ਦੇ ਵਿੱਚ, ਵੀ ਜੇ ਨਹੀਂ ਪਾਰਟੀ ਸਹੀ ਚੱਲਦੀ ਤਾਂ ਫਿਰ ਮੈਂ ਆਪਣਾ ਅਲੱਗ ਡਿਸੀਜਨ ਲਊਂਗਾ। ਇਕੱਲਿਆਂ ਦਾ ਕਿ ਸਾਡੇ ਪਰਿਵਾਰ ਦਾ? ਨਹੀਂ, ਮੇਰਾ ਅਲੱਗ ਆ ਆਪਣਾ ਸਾਰਾ, ਪਰਿਵਾਰ ਵੈਸੇ ਸਾਡਾ ਇਕੱਠਾ ਸਾਰਾ, ਅਤੇ ਪਰ ਸਿਆਸਤ ਜੇ ਕੱਲ੍ਹ ਨੂੰ ਕਰੂਗੀ ਤਾਂ ਫਿਰ ਅਲੱਗ ਵੀ ਹੋ ਸਕਦਾ ਸਿਆਸਤ ਦਾ, ਕਿਉਂਕਿ ਰਾਣਾ ਗੁਰਜੀਤ ਦਾ ਦੇਖ ਲਓ, ਉਹਨਾਂ ਦਾ ਬੇਟਾ ਅਲੱਗ ਕਰਦਾ, ਠੀਕ ਹੈ ਨਾ, ਚੰਨੀ ਦੇ ਬ੍ਰਦਰ ਨੇ ਕੀਤੀ, ਫਿਰ ਉਸ ਹਿਸਾਬ ਨਾਲ ਸਾਨੂੰ ਵੀ ਆਪਣਾ ਸਾਰਾ ਹੱਕ ਹੈਗਾ ਕਰਨ ਦਾ। ਦੇਖੋ 25 ਸਾਲ ਸੇਵਾ ਕੀਤੀ ਆ, ਅਸੀਂ ਵੀ ਆਪਣਾ ਦੇਖਣਾ ਸਾਰਾ। ਇਹ ਹੁਣ ਉਹਨਾਂ ਨੂੰ ਪਤਾ, ਪਾਰਟੀ ਨੂੰ ਪਤਾ, ਹਾਈ ਕਮਾਂਡ ਨੂੰ ਪਤਾ, ਜੇ ਇਗਨੋਰ ਕਰੂਗੀ ਤਾਂ ਫਿਰ ਕੱਲ੍ਹ ਨੂੰ ਅਸੀਂ ਵੀ ਆਪਣਾ ਡਿਸੀਜਨ ਕੋਈ ਹੋਰ ਮੈਂ ਲੈ ਸਕਦਾ। ਮਹਿਸੂਸ ਹੋ ਰਿਹਾ ਵੀ ਤੁਹਾਨੂੰ ਇਗਨੋਰ ਕਰਦੀ ਹੈ? ਇਗਨੋਰ ਕਰਦੀ ਹੈ ਤਾਂ ਹੀ ਤੁਹਾਨੂੰ ਦੱਸ ਰਹੇ ਹਾਂ। ਇਹ ਵੀ ਇਹੀ ਕਾਰਨ ਵੀ ਹੈਗਾ, ਬਾਕੀ ਜ਼ਿਆਦਾ ਫਾਦਰ ਸਾਹਿਬ ਦਾ ਬਰਥਡੇ ਸੀਗਾ ਉਹਦੇ ਕਰਕੇ ਵੀ ਆ, ਬਾਕੀ ਸ਼ਕਤੀ ਪ੍ਰਦਰਸ਼ਨ ਵੀ ਲਾ ਲਓ, ਜੋ ਮਰਜ਼ੀ ਲਾ ਲਓ।